डीसीपी ने की पुलिस नाकों की जांच, जनता की सुरक्षा हेतु हॉल गेट सिकंदरी गेट का किया दौरा। जनता की सुरक्षा और आपराधिक तत्वों पर नकेल कसने के लिए आज डीसीपी परमिंदर पंडाल अपनी टीम के साथ हॉल गेट सिकंदरी गेट का दौरा करने निकले। डीसीपी ने कहा कि आज वे इस क्षेत्र में पुलिस के लगे नाकों की जांच कर रहे हैं और इस दौरे से जांच सुरक्षा प्रबंधों का जायजा लिया जाएगा, वहीं आपराधिक तत्वों पर भी नकेल डाली जाएगी। ਸਾਡੇ ਪੁਲਿਸ ਕਮਿਸ਼ਨਰ ਉਹਨਾਂ ਦੀ ਗਾਈਡਲਾਈਨ ਦੇ ਮੁਤਾਬਕ ਲੋਕਾਂ ਦੀ ਸੁਰੱਖਿਆ ਵਾਸਤੇ ਜਿਹੜੇ ਸਾਡੇ ਆ ਪਹਿਲਾਂ ਤੋਂ ਹੀ ਅਲੱਗ ਅਲੱਗ ਨਾਕੇ ਔਰ ਪੈਟਰੋਲਿੰਗ ਪਾਰਟੀਆਂ ਕੰਮ ਕਰਦੀਆਂ, ਜਿਹੜੀ ਸਾਡੀ ਅੱਜ ਸਪੈਸ਼ਲ ਸਵੈਟ ਟੀਮ ਆ, ਇਹ ਅਸੀਂ ਰੋਜ਼ਾਨਾ ਹੀ ਆਪਣੇ ਜਿਹੜੇ ਸਾਡੇ ਸੈਂਸਟਿਵ ਪੁਆਇੰਟ ਆ, ਜਿਵੇਂ ਅੱਜ ਅਸੀਂ ਇਸ ਮਾਰਕੀਟ ਦੇ ਵਿੱਚ ਔਰ ਇਸ ਤੋਂ ਇਲਾਵਾ ਜਿਹੜੀ ਸਾਡੀਆਂ ਹੋਰ ਮੇਨ ਮਾਰਕੀਟਾਂ ਉਹਨਾਂ ਦੇ ਵਿੱਚ ਅਲੱਗ ਦਿਨਾਂ ਦੇ ਵਿੱਚ ਜਿਹੜਾ ਇਹਨਾਂ ਨੇ ਕਦੀ ਮੋਰਨਿੰਗ ਦੁਪਹਿਰ ਦੇ ਟਾਈਮ ਔਰ ਰਾਤ ਨੂੰ ਇਹ ਆਪਣੇ ਵਰਕ ਕਰਨਗੇ, ਤਾਂ ਜੋ ਕਿ ਸ਼ਹਿਰ ਵਾਸੀਆਂ ਦੀ ਸੁਰੱਖਿਆ ਔਰ ਉਹਨਾਂ ਨੂੰ ਪਤਾ ਲੱਗੇ ਕਿ ਸਾਡੀ ਸੁਰੱਖਿਆ ਵਾਸਤੇ ਜਿਹੜੀਆਂ ਫੋਰਸ ਜਿਹੜੀ ਆ ਪੂਰੀ 24 ਘੰਟੇ ਲਈ ਸਾਡੇ ਨਾਲ ਖੜੀ ਆ, ਔਰ ਜਿਹੜੇ ਸਾਡੇ ਏਰੀਏ ਦੇ ਮਾੜੇ ਅੰਸਰ ਆ ਉਹਨਾਂ ਨੂੰ ਪੂਰੀ ਸਾਡੀ ਸਖਤੀ ਹੋਊਗੀ, ਤਾਂ ਜੋ ਕਿ ਸਾਡੇ ਸ਼ਹਿਰ ਦੇ ਵਿੱਚ ਉਹ ਕੋਈ ਇਹੋ ਜਿਹਾ ਅਣਸਕਾਮ ਘਟਨਾ ਨਾ ਵਾਪਰ ਸਕੇ। ਅੱਜ ਸਪੈਸ਼ਲ ਅਸੀਂ ਪਹਿਲਾਂ ਜਿਹੜੀ ਆ ਹਾਲ ਗੇਟ ਤੋਂ ਲੈ ਕੇ ਪੂਰਾ ਸਿਕੰਦਰੀ ਗੇਟ ਵਾਲਾ ਏਰੀਆ ਇਹਨੂੰ ਸਾਰਾ ਅਸੀਂ ਚੈੱਕ ਕੀਤਾ, ਔਰ ਹੁਣ ਇਸ ਤੋਂ ਇਲਾਵਾ ਜਿਹੜਾ ਸਾਡਾ ਸੈਕਿੰਡ ਆ ਉਹ ਜਿਹੜੀ ਸਾਡੀ ਗੋਲਡ ਮਾਰਕੀਟ ਆ ਉਹਦੇ ਵਿੱਚ ਵੀ ਅਸੀਂ ਜਿਹੜਾ ਆ ਜਾਵਾਂਗੇ। ਬਿਲਕੁਲ, ਤੁਸੀਂ ਦੇਖਿਆ ਹੋਣਾ ਕਿ ਅਸੀਂ ਸਾਰਾ ਦਿਨ ਹੀ ਸਾਡੀ ਜਿਹੜੀ ਪੁਲਿਸ ਆ ਉਹ ਆਪਣੇ ਟਾਈਮ ਟੂ ਟਾਈਮ ਉਹ ਜਿਹੜਾ ਕੰਮ ਕਰ ਰਹੀ, ਜਿਵੇਂ ਮੋਰਨਿੰਗ ਟਾਈਮ ਜਿੰਨੇ ਵੀ ਸਾਡੇ ਏਰੀਏ ਦੇ ਜਿਹੜੇ ਪੁਰਾਣੇ ਜਿਹੜੇ ਕੋਈ ਨਸ਼ਾ ਵੇਚਣ ਵਾਲੇ ਆ ਉਹ ਪਿਛਲੇ ਦਿਨਾਂ ਤੋਂ ਬਹੁਤ ਵੱਡੀ ਮੁਹਿੰਮ ਜਿਹੜੀ ਸਾਡੀ ਚੱਲ ਰਹੀ ਆ, ਔਰ ਇਸੇ ਤਰ੍ਹਾਂ ਉਹ ਦਿਨ ਦਾ ਮੋਰਨਿੰਗ ਦਾ ਟਾਈਮ ਆ, ਉਸ ਤੋਂ ਬਾਅਦ ਦਿਨ ਦੇ ਟਾਈਮ ਜਿਹੜਾ ਸਾਡਾ ਸ਼ਹਿਰ ਵਾਸਤੇ ਸੁਰੱਖਿਆ ਵਾਸਤੇ ਜਿਹੜਾ ਅਸੀਂ ਕੰਮ ਕਰ ਰਹੇ ਹਾਂ। ਨਹੀਂ, ਫਲੈਗ ਮਾਰਚ ਦੀ ਲੋੜ ਨਹੀਂ ਪੈ ਰਹੀ, ਫਲੈਗ ਮਾਰਚ ਪਬਲਿਕ ਵਾਸਤੇ ਹੀ ਆ, ਫਲੈਗ ਮਾਰਚ ਨਹੀਂ ਗਾ, ਅਸੀਂ ਸ਼ਹਿਰ ਦੇ ਵਿੱਚ ਵੈਸੇ ਸਾਡੇ ਜਿਹੜੇ ਨਾਕੇ ਔਰ ਜਿਹੜੇ ਉਹ ਕਰ ਰਹੇ ਹਾਂ, ਕੋਈ ਫਲੈਗ ਮਾਰਚ ਨਹੀਂ ਸਾਡਾ ਅਸੀਂ। ਨਹੀਂ, ਮੈਂ ਤੁਹਾਨੂੰ ਫਿਰ ਦੱਸਣਾ ਚਾਹੁੰਦਾ, ਅੱਜ ਅਸੀਂ ਇਸ ਹਾਲ ਗੇਟ ਵਾਲੇ ਅੰਦਰਲੇ ਪਾਰਟ ਦੇ ਵਿੱਚ ਜਿਹੜੇ ਘੁੰਮ ਰਹੇ ਹਾਂ, ਤਾਂ ਜੋ ਕਿ ਜਿਹੜੇ ਜਿੱਥੇ ਕਿਤੇ ਸਾਡੇ ਨਾਕੇ ਲੱਗੇ ਆ ਉਹਨਾਂ ਨੂੰ ਚੈੱਕ ਕਰ ਰਹੇ ਹਾਂ, ਔਰ ਜਿਹੜੀ ਸਾਡੀ ਅੱਜ ਸੈਕਿੰਡ ਗੋਲਡ ਮਾਰਕੀਟ ਆ ਉੱਧਰ ਵੀ ਜਿਹੜਾ ਸਾਡਾ ਜਿੱਥੇ ਹੁਣ ਭੀੜੀਆਂ ਗਲੀਆਂ ਗੱਡੀਆਂ ਨਹੀਂ ਜਾ ਸਕਦੀਆਂ ਉੱਥੇ ਫਿਰ ਪੈਦਲ ਜਿਹੜੇ ਸਾਨੂੰ ਜਾ ਕੇ ਪੁਲਿਸ ਨੂੰ ਕਰਨਾ ਪੈ ਰਿਹਾ। ਔਰ ਦੇਖੋ, ਕਰੋਨਾ ਵਾਸਤੇ ਜਿਹੜਾ ਆ ਜਿਹੜੀ ਪਹਿਲੀ ਸਟੇਜ ਲੰਘ ਕੇ ਗਈ ਆ ਉਹਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਬਹੁਤ ਜ਼ਿਆਦਾ ਪੁਲਿਸ ਵੱਲੋਂ ਸਖਤੀ ਕੀਤੀ ਗਈ ਸੀ, ਪਰ ਵਿੱਚ ਥੋੜ੍ਹਾ ਜਿਹਾ ਟਾਈਮ ਆ ਗਿਆ ਜਦੋਂ ਕਾਫੀ ਠੀਕ ਹੋ ਗਿਆ ਸੀ ਸਾਰਾ ਕੁਝ, ਪਰ ਹੁਣ ਸੈਕਿੰਡ ਜਿਹੜਾ ਫੇਸ ਫੇਰ ਦੁਆਰਾ ਸਟਾਰਟ ਹੋ ਗਿਆ, ਇਹਦੇ ਵਾਸਤੇ ਅਸੀਂ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ। ਸਾਡੇ SHO, ACP, ADCP ਜਿਹੜੇ ਆ ਏਰੀਏ ਵਾਈਜ਼ ਰੋਜ਼ ਪਬਲਿਕ ਨਾਲ ਮੀਟਿੰਗਾਂ ਕਰਕੇ ਉਹਨਾਂ ਨੂੰ ਬਰੀਫ ਕਰਦੇ ਆ ਵੀ ਥੋੜ੍ਹਾ ਜਿਹਾ ਇਸ ਚੀਜ਼ ਤੋਂ ਆਪਾਂ ਬਚਿਆ ਜਾਵੇ, ਔਰ ਸੈਕਿੰਡ ਜਿਹੜੀ ਹੁਣ ਦਵਾਈ ਵੀ ਆ ਗਈ ਆ, ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਕਿ ਜਿੰਨੇ ਸ਼ਹਿਰ ਵਾਸੀ ਆ ਇਹਦਾ ਜਦੋਂ ਇਹ ਸਟਾਰਟ ਹੋ ਜਾਂਦਾ ਵੱਧ ਤੋਂ ਵੱਧ ਆਪਣੇ ਜਾ ਕੇ ਇਹਦਾ ਮੈਡੀਸਨ ਲੈਣ, ਤਾਂ ਜੋ ਕਿ ਅਸੀਂ ਇਸ ਬਿਮਾਰੀ ਤੋਂ ਬਚ ਸਕੀਏ।